इतना सा ठीक है। एक बार मैम फिर पेंट कलर से करेंगे मॉर्निंग को, देखना व्हाइट है नहीं व्हाइट स्केच पेंट में होता है कुछ अच्छे से हो जाता है। अच्छा व्हाइट स्केचिंग होता है। हाँ जी इसी से कर दो, इसको खोल के इसका पीछे निकालो। हाँ हो गया ना। कलर्स ठीक है ना ऊपर ऑरेंज, पता लगे लोग इसी बात पे लड़ पड़े। हाँ करना चाहिए नहीं कट करने से। इतने मेरा बबीता मीडिया से चल जानी होनी मैंने सारे करो एक्टिंग करो कुछ डालो ना यहाँ पे। ਅਸੀਂ ਜਿਹੜਾ ਹੁਣ ਕੱਲ੍ਹ ਨੂੰ 20 ਤਰੀਕ ਨੂੰ ਸਾਡਾ ਇੱਕ ਬਹੁਤ ਹੀ ਡੀ ਡੇ ਹੈਗਾ। ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੱਲ੍ਹ ਨੂੰ ਵੋਟਾਂ ਪੈ ਰਹੀਆਂ ਹੈਗੀਆਂ ਨੇ। ਇਹ ਪੰਜਾਬ ਲਈ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈਗਾ ਹੈ, ਫਾਜ਼ਿਲਕਾ ਵਾਸੀਆਂ ਲਈ ਬਹੁਤ ਮਹੱਤਵਪੂਰਨ ਦਿਨ ਹੈਗਾ। ਅਸੀਂ ਲੋਕਾਂ ਨੂੰ ਬਹੁਤ ਦਿਨਾਂ ਤੋਂ ਅਪੀਲ ਕਰ ਰਹੇ ਹਾਂ ਕਿ ਤੁਸੀਂ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਹੀ ਕਰਨਾ ਹੈਗਾ। ਅਸੀਂ ਇਸ ਚੀਜ਼ ਵਾਸਤੇ ਅਲੱਗ ਅਲੱਗ ਮੋਟੀਵੇਸ਼ਨ ਕਰਨ ਵਾਸਤੇ ਲੋਕਾਂ ਨੂੰ ਬਹੁਤ ਸਾਰੀਆਂ ਗੇਮਸ ਕਰਵਾਈਆਂ ਨੇ। ਪਿਛਲੇ ਬਹੁਤ ਦਿਨਾਂ ਤੋਂ ਅਸੀਂ ਸਵੀਪ ਐਕਟੀਵਿਟੀਜ਼ ਕਰ ਰਹੇ ਹੈਗੇ ਹਾਂ। ਸਾਡੇ ਐਨ ਜੀ ਓਜ਼ ਵੀ ਘਰ ਘਰ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਹੈਗੇ ਹੈ। ਅਸੀਂ ਹੁਣ ਇਹੋ ਇੱਕ ਨਵਾਂ ਇਵੈਂਟ ਕੀਤਾ ਹੈਗਾ ਕਿ ਅਸੀਂ ਹਰ ਬੂਥ ਦੇ ਉੱਤੇ ਜਿੱਥੇ ਸਾਡੇ 8 ਵੂਮੈਨ ਬੂਥ ਜਿਹੜੇ ਅਸੀਂ ਬਣਾਏ ਹੈਗੇ ਆ ਉਹਨਾਂ ਦੇ ਉੱਤੇ ਅਸੀਂ ਮਹਿੰਦੀ ਦਾ ਸਪੈਸ਼ਲ ਪ੍ਰਬੰਧ ਕੀਤਾ ਹੈਗਾ ਕਿ ਜਿਹੜੀਆਂ ਵੀ ਸਾਡੇ ਵੂਮੈਨ ਓਰੀਐਂਟਡ ਬੂਥ ਹੈਗੇ ਨੇ ਜਿੱਥੇ ਵੂਮੈਨ ਨੇ ਹੀ ਮੈਨ ਕਰਨਾ ਹੈ, ਵੂਮੈਨ ਦੀ ਅਟਰੈਕਸ਼ਨ ਵਾਸਤੇ ਕਿਉਂਕਿ ਉਹਨਾਂ ਨੂੰ ਮਹਿੰਦੀ ਦਾ ਸ਼ੌਂਕ ਹੁੰਦਾ ਮੋਸਟ ਆਫ ਦਾ ਟਾਈਮ। ਅਸੀਂ ਉਹਨਾਂ ਲਈ ਮਹਿੰਦੀ ਦਾ ਅਰੇਂਜਮੈਂਟ ਕੀਤਾ ਹੋਇਆ ਕਿ ਤੁਸੀਂ ਆਵੋ ਔਰ ਉਹਨਾਂ ਬੂਥਾਂ ਦੇ ਉੱਤੇ ਅਸੀਂ ਥੀਮ ਰੱਖਿਆ ਹੈਗਾ ਵੋਟਿੰਗ ਦੇ ਨਾਲ ਸੰਬੰਧਿਤ। ਜਿਵੇਂ ਕਿ ਅੱਜ ਮੈਂ ਵੀ ਇਹ ਮੈਡਮ ਪ੍ਰੀਤ ਹੈਗੇ ਸਾਡੇ ਨਾਲ ਅੰਗੇਜ ਨੇ, ਸਾਡੇ ਨਾਲ ਬਹੁਤ ਹੀ ਇਹਨਾਂ ਨੇ ਵਲੰਟਰੀ ਤੌਰ 'ਤੇ ਆ ਕੇ ਸਾਡਾ ਸਾਥ ਦਿੱਤਾ ਔਰ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਹੈਗੇ ਹਾਂ, ਸਾਡਾ ਟੀਮ ਵਰਕ ਦਾ ਹਿੱਸਾ ਨੇ। ਅੱਜ ਮੈਂ ਵੀ ਇਹਨਾਂ ਤੋਂ ਆਪਣੀ ਮਹਿੰਦੀ ਲਗਵਾਈ ਹੈਗੀ ਹੈ। ਇਹਦੇ ਵਿੱਚ ਮੈਂ ਮਹਿੰਦੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੈਂ ਸੰਦੇਸ਼ ਹੀ ਦੇ ਰਹੀ ਹੈਗੀ ਹੈ ਕਿ ਦੇਖੋ ਸਾਡੇ ਕਿੰਨੇ ਕਰਮਚਾਰੀ ਜਿਹੜੇ ਹੈਗੇ ਨੇ ਆਲਰੇਡੀ ਤੁਹਾਡੇ ਵਾਸਤੇ ਤਿਆਰ ਹੋ ਕੇ ਬੈਠੇ ਨੇ, ਤੁਹਾਡੀ ਤਿਆਰੀ ਕਰ ਰਹੇ ਨੇ। 829 ਬੂਟਾਂ ਦੇ ਉੱਤੇ ਅਸੀਂ ਕਾਫੀ ਤਿਆਰੀਆਂ ਕੀਤੀਆਂ ਨੇ ਤੁਹਾਡੀ ਸੇਫਟੀ ਵਾਸਤੇ, ਤੁਹਾਡੇ ਵੈਲਕਮ ਵਾਸਤੇ। ਤੁਸੀਂ ਖੁਸ਼ੀ ਖੁਸ਼ੀ ਆਵੋ ਔਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੋ। ਸੋ ਆਹ ਤੁਸੀਂ ਪੜ੍ਹ ਸਕਦੇ ਹੈਗੇ ਹੋ ਕਿ ਜੋ ਵੀ ਮੈਂ ਲਿਖਿਆ ਹੈ, ਆਈ ਲਵ ਯੂ ਫਾਜ਼ਿਲਕਾ ਕਿਉਂਕਿ ਮੈਨੂੰ ਫਾਜ਼ਿਲਕਾ ਦੇ ਨਾਲ ਪਿਆਰ ਹੈ। ਜੇਕਰ ਤੁਸੀਂ ਵੀ ਆਪਣੀ ਸਿਟੀ ਨੂੰ ਪਿਆਰ ਕਰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪਸੰਦ ਦੀ ਸਰਕਾਰ ਬਣੇ, ਜਾਂ ਤੁਸੀਂ ਇਹ ਚਾਹੁੰਦੇ ਹੋਗੇ ਕਿ ਰੂਲਸ, ਤੁਸੀਂ ਹਮੇਸ਼ਾ ਇਹ ਕਹਿੰਦੇ ਹੋ ਕਿ ਆਪਣੇ ਅਧਿਕਾਰਾਂ ਦਾ ਸਾਨੂੰ ਇਸਤੇਮਾਲ ਕਰਨ ਦਾ ਘੱਟ ਮੌਕਾ ਮਿਲਦਾ, ਅਤੇ ਹੁਣ ਦੇਖੋ ਤੁਹਾਡੇ ਕੋਲ ਕਿੰਨਾ ਵੱਡਾ ਮੌਕਾ ਹੈ। ਸੰਵਿਧਾਨ ਨੇ ਤੁਹਾਨੂੰ ਇੱਕ ਬਹੁਤ ਹੀ ਵੱਡਾ ਰਾਈਟ ਦਿੱਤਾ ਹੋਇਆ ਆ ਜਿਹਨੂੰ ਇਸਤੇਮਾਲ ਕਰਕੇ ਤੁਸੀਂ ਆਪਣੀ ਸਰਕਾਰ ਚੁਣ ਸਕਦੇ ਹੋ, ਆਪਣੀ ਪਸੰਦ ਦੀ ਸਰਕਾਰ ਚੁਣ ਸਕਦੇ ਹੋ। ਅਤੇ ਅਸੀਂ ਤੁਹਾਨੂੰ ਅਪੀਲ ਕਰਾਂਗੇ ਤੁਸੀਂ ਬੂਥ ਦੇ ਉੱਤੇ ਆਵੋ ਔਰ ਆਪਣੀ ਵੋਟ ਦਾ ਇਸਤੇਮਾਲ ਕਰੋ।